ਹੁਣ ਅਸੀਂ ਆਪ ਜੀ ਨੂੰ ਲੈ ਕੇ ਚੱਲੇ ਹੈਗੇ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇ ਦਰਸ਼ਨ ਕਰਾਉਣ ਲਈ, ਜਿੱਥੇ ਉਹ ਪਵਿੱਤਰ ਸਥਾਨ ਸ਼ੋਭਾਏਮਾਨ ਹੈ ਜਿੱਥੇ ਬਾਬਾ ਫਤਿਹ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਨੂੰ ਨੀਹਾਂ ਹੀ ਚੁਣਾਇਆ ਗਿਆ ਸੀਗਾ। ਨਿੱਕੇ ਨਿੱਕੇ ਦੋ ਖਾਲਸੇ, ਨਿੱਕੇ ਨਿੱਕੇ ਦੋ ਖਾਲਸੇ, ਖੜੇ ਨੀਹਾਂ ਵਿੱਚ ਇੰਜ ਮੁਸਕਾਉਂਦੇ, ਨੀਹਾਂ ਵਿੱਚ ਇੰਜ ਮੁਸਕਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀਓ, ਆਓ ਹੁਣ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਾਵਨ ਪਵਿੱਤਰ ਇਤਿਹਾਸ ਤੋਂ ਆਪਾਂ ਜਾਣੂ ਹੁੰਦੇ ਹਾਂ। ਪਹਿਲਾਂ ਇਤਿਹਾਸ, ਗੁਰਦੁਆਰਾ ਸ਼੍ਰੀ ਠੰਡਾ ਬੁਰਜ ਸਾਹਿਬ ਦਾ ਪਾਵਨ ਪਵਿੱਤਰ ਅਸਥਾਨ, ਜਿੱਥੇ ਸਤਿਗੁਰੂ ਮਹਾਰਾਜ ਜੀ ਕੇ ਫਰਜ਼ੰਦਾਂ ਨੂੰ ਕੈਦ ਰੱਖਿਆ ਗਿਆ ਤਨ ਨੂੰ ਕਸ਼ਟ ਦੇਣ ਦੇ ਵਾਸਤੇ, ਕਿ ਉਹਨਾਂ ਕਸ਼ਟਾਂ ਨੂੰ ਨਾ ਸਹਿੰਦਿਆਂ ਹੋਇਆਂ ਜਿਹੜੀ ਸਾਡੀ ਈਨ ਹੈ ਉਹ ਕਿਤੇ ਨਾ ਕਿਤੇ ਸਵੀਕਾਰ ਕਰ ਲੈਣਗੇ। ਸਾਧ ਸੰਗਤ ਜੀਓ, ਸੂਬਾ ਸਰਹੰਦ ਅਤੇ ਉਹਦੇ ਆਲਾ ਜਿਹੜੇ ਅਧਿਕਾਰੀ ਸਨ, ਚਿੱਤ ਵਿੱਚ ਸੀ ਉਹ ਸਾਹਿਬਜ਼ਾਦਿਆਂ ਨੂੰ ਕੇਵਲ ਸਰੀਰ ਰੂਪ ਦੇ ਅੰਦਰ ਹੀ ਵੇਖ ਰਹੇ ਸਨ, ਕਿ ਸਾਹਿਬਜ਼ਾਦੇ ਜਿਨ੍ਹਾਂ ਦੀ ਆਰਬਲਾ 7 ਸਾਲ ਅਤੇ ਕਰਮਵਾਰ 9 ਵਰਿਆਂ ਦੀ ਜਿਨ੍ਹਾਂ ਦੀ ਆਰਬਲਾ ਹੈ, ਇਹਨਾਂ ਨੂੰ ਅਸੀਂ ਕਿਵੇਂ ਨਾ ਕਿਵੇਂ ਖਿਡੌਣਿਆਂ ਦਾ, ਡਰਾਵਿਆਂ ਦਾ, ਆਦਿ ਦਾ ਲਾਲਚ ਦੇ ਕਰਕੇ ਅਸੀਂ ਆਪਣੀ ਗੱਲ ਮਨਵਾ ਲਵਾਂਗੇ। ਪਰ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਕਿ ਸਾਹਿਬਜ਼ਾਦੇ ਉਹ ਹਰਬਲਾਂ ਦੇ ਨਾਲ ਕੇਵਲ ਬਾਲਪਣ ਅਵਸਥਾ ਨਹੀਂ ਭਾਈ, ਉਹ ਤਾਂ ਬਜ਼ੁਰਗੀ ਦੀਆਂ ਪੌੜੀਆਂ ਚੜ੍ਹੇ ਹੋਏ ਹਨ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ, ਪਹਿਲੇ ਦਿਨ ਦੀ ਪੇਸ਼ੀ ਸਾਧ ਸੰਗਤ ਜੀ ਹੋਈ, ਆਵਾਜ਼ ਪਈ, ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ, ਸਾਧ ਸੰਗਤ ਜੀਓ ਆਨੰਦਪੁਰ ਸਾਹਿਬ ਤੋਂ ਚੱਲੇ ਨੇ, ਭੁੱਖਣ ਭਾਣੇ ਹਨ, ਰਸਤੇ ਦੇ ਅੰਦਰ ਕੁੰਮੇ ਮਾਸ਼ਕੀ ਨੇ ਸੇਵਾਵਾਂ ਕੀਤੀਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ, ਪਰ ਜਦੋਂ ਗੰਗੂ ਬ੍ਰਾਹਮਣ ਦੇ ਘਰ ਆਏ ਕੁਝ ਵੀ ਅੱਛਾ ਖਾਣ ਪੀਣ ਲਈ ਨਾ ਮਿਲਿਆ। ਸਾਧ ਸੰਗਤ ਜਿਹੜੀ ਭੁੱਖ ਹੁੰਦੀ ਹੈ, ਭੁੱਖ ਵੱਡਿਆਂ ਵੱਡਿਆਂ ਨੂੰ ਡਲਾ ਦਿੰਦੀ ਹੈ, ਵੱਡੇ ਵੱਡੇ ਭੁੱਖ ਦੇ ਦੁੱਖ ਤੋਂ ਆਤਰ ਹੋ ਕਰਕੇ ਉਹ ਆਪਣਾ ਅਕੀਦਾ ਛੱਡ ਦਿੰਦੇ ਹਨ। ਬਾਬਾ ਫਤਿਹ ਸਿੰਘ ਸਾਹਿਬ, ਬਾਬਾ ਜ਼ੋਰਾਵਰ ਸਿੰਘ ਸਾਹਿਬ ਨੇ ਕੁਝ ਨਹੀਂ ਛਕਿਆ। ਮੋਤੀ ਰਾਮ ਮਹਿਰਾ ਜੀ ਨੇ ਜਿਹੜੀ ਦੁੱਧ ਪਿਲਾਉਣ ਦੀ ਸੇਵਾ ਕੀਤੀ, ਉਹ ਉਸ ਤੋਂ ਅਗਲੇ ਦਿਨ ਅੱਜ ਜਿੰਦ ਨੂੰ ਸਿੱਖੀ ਦੇ ਨਾ ਵੇਲਾਉਂਦੇ, ਜਿੰਦ ਨੂੰ ਸਿੱਖੀ ਦੇ ਨਾ ਵੇਲਾਉਂਦੇ, ਨਿੱਕੇ ਨਿੱਕੇ ਦੋ ਖਾਲਸੇ। ਸਾਧ ਸੰਗਤ ਜੀ, ਜਿਸ ਵਕਤ ਇਸ ਸਥਾਨ 'ਤੇ ਪੇਸ਼ੀ ਹੋਈ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜੀ ਗੁਰੂ ਕੇ ਲਾਲਾਂ ਦੀ, ਮੁਗਲੀਆ ਸਲਤਨਤ ਨੇ ਜਿਹੜਾ ਵੱਡਾ ਦਰਵਾਜ਼ਾ ਸੀ ਉਹ ਇਸ ਕਰਕੇ ਬੰਦ ਕਰ ਦਿੱਤਾ, ਕਹਿੰਦੇ ਛੋਟੇ ਦਰਵਾਜ਼ੇ ਥਾਣੀ ਲੰਘਣਗੇ, ਜਿਸ ਥਾਂ 'ਤੇ ਲੰਘਣਗੇ ਉਸੇ ਵਕਤ ਆਪਣੀ ਧੌਣ ਚੁਕਾਉਣਗੇ, ਅਤੇ ਆਪਾਂ ਅੰਦਰੋਂ ਤਾੜੀ ਮਾਰ ਕੇ ਕਹਿ ਦੇਵਾਂਗੇ ਸਾਹਿਬਜ਼ਾਦਿਆਂ ਨੇ ਸੂਬਾ ਸਰਹੰਦ ਨੂੰ ਝੁੱਕ ਕੇ ਨਮਸਕਾਰ ਕਰ ਦਿੱਤੀ ਹੈ। ਪਰ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ, ਉਹ ਸਾਡੇ ਸਤਿਕਾਰਯੋਗ ਜਿਨ੍ਹਾਂ ਦੇ ਕੋਲ ਭਾਈ ਬਜ਼ੁਰਗੀ, ਜਿਸ ਵਕਤ ਲੰਘਣ ਲੱਗੇ ਇਸ਼ਾਰੇ ਇਸ਼ਾਰਿਆਂ ਨਾਲ ਇੱਕ ਦੂਸਰੇ ਨੂੰ ਦੱਸ ਦਿੱਤਾ ਕਿ ਜਦੋਂ ਇਸ ਥਾਂ ਤੋਂ ਲੰਘਣਾ ਹੈ ਪਹਿਲਾਂ ਸਿਰ ਨਹੀਂ, ਪਹਿਲਾਂ ਆਪਣੀ ਜੁੱਤੀ ਇਹਨਾਂ ਦੇ ਸਾਵੇਂ ਕਰਕੇ ਲੰਘਣੀ ਹੈ। ਉਸੇ ਤਰ੍ਹਾਂ ਹੀ ਕੀਤਾ, ਆਪਸ ਵਿੱਚ ਜਾ ਕਰਕੇ ਫਤਿਹ ਬੁਲਾਈ ਅੰਦਰ, ਜਿਸ ਵਕਤ ਇੱਕੋ ਦਮ ਉਹਨਾਂ ਵੇਖਿਆ ਅਤੇ ਵੇਖਦਿਆਂ ਸਾਰੇ ਉਹ ਸਾਰੇ ਡੋਲ ਗਏ, ਡੌਰ ਭੌਰੇ ਹੋ ਗਏ, ਇਹ ਕੌਣ? ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ ਦੇ
ਫਿਰ ਇੱਥੇ ਸਵਾਲ ਜਵਾਬ ਹੁੰਦੇ ਰਹੇ। ਬੱਚਿਓ, ਤੁਹਾਡੇ ਪਿਤਾ ਨੂੰ ਅਸੀਂ ਪਕੜ ਲਿਆ ਹੈ, ਡਰਾਵੇ ਦਿੱਤੇ ਗਏ। ਬੱਚਿਓ, ਤੁਹਾਡੇ ਪਿਤਾ ਨੂੰ ਸਾਡੀ ਫੌਜ ਨੇ ਪਕੜ ਲਿਆ ਹੈ, ਤੁਸੀਂ ਹੁਣ ਸਾਡੀ ਈਨ ਮੰਨ ਲਓ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਕਹਿਣ ਲੱਗੇ, ਤੁਸੀਂ ਕੌਣ ਹੁੰਦੇ ਹੋ ਸਾਡੇ ਪਿਤਾ ਨੂੰ ਪਕੜਨ ਵਾਲੇ? ਤੁਹਾਡੀ ਗ੍ਰਿਫਤ ਵਿੱਚ ਨਹੀਂ ਸਾਹਿਬਜ਼ਾਦੇ, ਤੁਹਾਨੂੰ ਪਤਾ ਨਹੀਂ ਅਸੀਂ ਤੁਹਾਡੇ ਪਿਤਾ ਨੂੰ ਪਕੜ ਲਿਆ ਹੈ, ਤੁਸੀਂ ਸਾਡੀ ਈਨ ਮੰਨ ਲਓ। ਡਰਾਵੇ ਦਿੱਤੇ ਗਏ, ਲਾਲਚ ਵੀ ਦਿੱਤੇ ਗਏ ਕਿ ਤੁਹਾਨੂੰ ਹੂਰਾਂ ਦੇ ਵਿਆਹ ਅਸੀਂ ਕਰ ਦੇਵਾਂਗੇ, ਡੋਲੇ ਦੇ ਦੇਵਾਂਗੇ, ਜਿੰਨੀ ਤੁਹਾਡੀ ਜ਼ਿੰਦਗੀ ਅਸੀਂ ਤੁਹਾਨੂੰ ਰਹਿੰਦੀ ਜ਼ਿੰਦਗੀ ਤੱਕ ਤੁਹਾਨੂੰ ਅਸੀਂ ਦੁਨੀਆ ਭਰਦੇ ਹਾਂ, ਐਸ਼ੋ ਆਰਾਮ ਤੁਸੀਂ ਆਪਣੇ ਮੁੱਖ ਦੇ ਵਿੱਚੋਂ ਫਰਮਾਓ। ਸਾਧ ਸੰਗਤ ਕੇਵਲ ਉਹ ਬਾਹਰੀ ਮਠਿਆਈ ਆਦਿ ਕਹਿ ਲਈਏ, ਖਿਡੌਣੇ ਆਦਿ ਕਹਿ ਲਈਏ, ਕਿਸੇ ਹਰ ਇੱਕ ਪ੍ਰਕਾਰ ਦੇ ਜਿਵੇਂ ਜਿਵੇਂ ਉਹਨਾਂ ਨੂੰ ਆਪਣੀ ਸਮਝ ਲੱਗੀ, ਸਾਹਿਬਜ਼ਾਦਿਆਂ ਨੂੰ ਲਾਲਚ ਦੇ ਕਰਕੇ ਉਹ ਚਾਹੁੰਦੇ ਸਨ ਕਿ ਅਸੀਂ ਲਾਲਚ ਦੇ ਕਰਕੇ ਸਾਹਿਬਜ਼ਾਦਿਆਂ ਨੂੰ ਅਸੀਂ ਡਰਾ ਲਵਾਂਗੇ, ਪਰ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਇਹਨਾਂ ਤੋਂ ਉੱਚੇ ਹਨ। ਤਿਨ੍ਹਾਂ ਨੂੰ ਸਾਧ ਸੰਗਤ ਜੀਓ ਪਹਿਲਾਂ ਲਾਲਚ ਦਿੱਤੇ, ਫਿਰ ਡਰਾਵੇ ਦਿੱਤੇ ਗਏ। ਪਹਿਲੇ ਦਿਨ ਉਹਨਾਂ ਨੂੰ ਤੋਰ ਦਿੱਤਾ ਗਿਆ, ਦੂਸਰੇ ਦਿਨ ਦੀ ਫਿਰ ਸਭਾ ਲੱਗੀ ਇਸ ਥਾਂ 'ਤੇ ਸਾਹਿਬਜ਼ਾਦਿਆਂ ਨੂੰ, ਸਾਰੇ ਆਏ ਕੋਲ। ਹੁਣ ਵੀ ਕਿਵੇਂ ਨਾ ਕਿਵੇਂ ਇਹਨਾਂ ਦੇ ਉੱਪਰ ਦੋਸ਼ ਆਰੋਪਣ ਕੀ ਕੀਤਾ ਜਾਵੇ? ਕਹਿੰਦੇ ਕੋਈ ਦੋਸ਼ ਆਰੋਪਣ ਨਾ ਜਿਸ ਵਕਤ ਸਿੱਧ ਹੋਇਆ, ਕੋਈ ਬਾਤ ਨਾ ਸਿੱਧ ਹੋਈ। ਔਰ ਇਸੇ ਸਭਾ ਦੇ ਅੰਦਰ ਸਾਧ ਸੰਗਤ ਜੀਓ, ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ, ਜਿਨ੍ਹਾਂ ਦੀ ਯਾਦ ਦੇ ਅੰਦਰ ਜਦੋਂ ਵੀ ਇੱਥੇ ਸਥਾਨ 'ਤੇ ਵੱਡੇ ਸ਼ਹੀਦੀ ਸਮਾਗਮ ਹੁੰਦੇ ਹਨ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ, ਜਿਨ੍ਹਾਂ ਨੇ ਸਾਹਿਬਜ਼ਾਦੀਆਂ ਦੀਆਂ ਸੇਵਾਵਾਂ ਕੀਤੀਆਂ, ਬਾਬਾ ਮੋਤੀ ਰਾਮ ਮਹਿਰਾ ਜੀ, ਆਪਾਂ ਉਹਦੇ ਅੱਗੇ ਸੀਸ ਝੁਕਾਉਂਦੇ ਹਾਂ। ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਵਾਲਿਆਂ ਨੇ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਡੇ ਭਰਾਤਾ ਨੂੰ ਚਮਕੌਰ ਸਾਹਿਬ ਦੀ ਗੜੀ ਦੇ ਅੰਦਰ ਇਹਨਾਂ ਦੇ ਪਿਤਾ ਨੇ ਉਹਨੂੰ ਸ਼ਹੀਦ ਕੀਤਾ, ਤੂੰ ਆਪਣੇ ਭਰਾ ਦਾ ਬਦਲਾ ਇਹਨਾਂ ਦੇ ਪਾਸੇ, ਉਹਨਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਪਾਸੋਂ ਕਿਉਂ ਨਹੀਂ ਲੈਂਦਾ? ਜਿਹੜੇ ਅੱਗੋਂ ਦੇ ਬੋਲ ਸਨ, ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਇਨਕੇ ਬਾਪ ਸੇ, ਮਹਿਫੂਜ਼ ਖੁਦਾ ਰੱਖੇ ਹਮਕੋ ਐਸੇ ਪਾਪ ਸੇ। ਕਹਿੰਦਾ ਮੈਂ ਐਸਾ ਪਾਪ ਨਹੀਂ ਕਰ ਸਕਦਾ, ਜੇ ਮੈਂ ਬਦਲਾ ਹੀ ਲੈਣਾ ਹੋਇਆ, ਬਦਲਾ ਮੈਂ ਸਾਹਿਬਜ਼ਾਦਿਆਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੋਂ ਲਵਾਂਗਾ। ਜਿਹੜੀ ਉਹਦੀ ਇੰਨੇ ਕਹਿਣ ਦੀ ਘਟਨਾ ਸ਼ੇਰ ਮੁਹੰਮਦ ਖਾਨ ਦੀ, ਰਹਿੰਦੀ ਦੁਨੀਆ ਰਹਿੰਦੇ ਇਤਿਹਾਸ ਅੰਦਰ ਸ਼ੇਰ ਮੁਹੰਮਦ ਖਾਨ ਦਾ ਜਿਹੜਾ ਨਾਮ ਹੈ ਉਹ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਦੇ ਅੰਦਰ ਲਿਖਿਆ ਗਿਆ, ਮਲੇਰਕੋਟਲਾ ਵੱਸਦਾ ਰਹਿ ਗਿਆ ਉਹਦੇ ਇੰਨੇ ਕਹਿਣ ਦੇ ਨਾਲ। ਭਰੀ ਉਹਨੇ ਸਭਾ ਦੇ ਅੰਦਰ ਕਿਹਾ ਸੀ ਕਿ ਮੈਂ ਵੀ ਮੁਸਲਮਾਨ, ਤੁਸੀਂ ਵੀ ਮੁਸਲਮਾਨ, ਪਰ ਜਿਹੜਾ ਤੁਸੀਂ ਜ਼ੁਲਮ ਕਰਨ ਲੱਗੇ ਹੋ ਇਹਨਾਂ ਬੇਦੋਸ਼ਿਆਂ ਦੇ ਉੱਪਰ, ਇਹਨਾਂ ਦਾ ਜ਼ੁਲਮ ਕੀ, ਇਹਨਾਂ ਦਾ ਕਸੂਰ ਕੀ ਆ, ਕਸੂਰ ਪਹਿਲਾਂ ਦੱਸਣਾ ਕਰੋ। ਫਿਰ ਸਾਧ ਸੰਗਤ ਜੀ, ਦਰਬਾਰ ਦੇ ਅੰਦਰ ਹੀ ਵਜ਼ੀਰ ਸੁੱਚਾ ਆਨੰਦ ਸੀ, ਜਿਹੜਾ ਵਜ਼ੀਰ ਸੁੱਚਾ ਆਨੰਦ ਨੇ ਕਿਹਾ ਵੀ ਮੈਨੂੰ ਤੁਸੀਂ ਇਹਨਾਂ ਬੱਚਿਆਂ ਦੇ ਨਾਲ, ਮੈਂ ਸਵਾਲ ਜਵਾਬ ਕਰਨੇ ਹਨ, ਤੁਸੀਂ ਮੈਨੂੰ ਸਵਾਲ ਜਵਾਬ ਕਰਨ ਦੀ ਆਗਿਆ ਦਿਓ। ਉਹਨਾਂ ਕਿਹਾ ਸੁੱਚਾ ਆਨੰਦ ਨੂੰ, ਵਜ਼ੀਰ ਨੂੰ ਕਿਹਾ ਤੁਸੀਂ ਸਵਾਲ ਜਵਾਬ ਕਰੋ। ਸਵਾਲ ਜਵਾਬ ਸਾਧ ਸੰਗਤ ਜਿਸ ਵਕਤ ਉੱਥੇ ਹੋਏ, ਵਜ਼ੀਰ ਸੁੱਚਾ ਆਨੰਦ ਨੇ ਸਾਹਿਬਜ਼ਾਦਿਆਂ ਨੂੰ ਜਦੋਂ ਪੁੱਛਿਆ, ਕਹਿੰਦੇ ਮੰਨ ਲਓ ਜਦੋਂ ਅਸੀਂ ਤੁਹਾਨੂੰ ਛੱਡ ਦਈਏ ਫਿਰ ਤੁਸੀਂ ਕੀ ਕਰੋਗੇ? ਸਾਹਿਬਜ਼ਾਦੇ ਕਹਿਣ ਲੱਗੇ, ਪਹਿਲੀ ਗੱਲ ਤਾਂ ਤੁਸੀਂ ਸਾਨੂੰ ਛੱਡਣਾ ਕੋਈ ਨਹੀਂ, ਦੂਸਰਾ ਜੇ ਅਸੀਂ ਮੰਨ ਵੀ ਲੈਂਦੇ ਹਾਂ ਤੁਸੀਂ ਸਾਨੂੰ ਛੱਡਦੇ ਹੋ, ਅਸੀਂ ਦੁਬਾਰਾ ਫਿਰ ਜੰਗਲਾਂ ਵਿੱਚ ਜਾਵਾਂਗੇ, ਸਿੱਖ ਫੌਜ ਨੂੰ ਇਕੱਠਾ ਕਰਾਂਗੇ, ਉਦੋਂ ਤੱਕ ਅਸੀਂ ਲੜਦੇ ਰਹਾਂਗੇ ਜਦੋਂ ਤੱਕ ਜ਼ੁਲਮੀ ਸਾਮਰਾਜ ਦੀਆਂ ਅਸੀਂ ਜੜ੍ਹਾਂ ਨਹੀਂ ਪੁੱਟ ਲੈਂਦੇ। ਅੱਗੋਂ ਕਿਹਾ, ਕਹਿੰਦੇ ਜੇ ਅਸੀਂ ਤੁਹਾਨੂੰ ਦੁਬਾਰਾ ਫਿਰ ਪਕੜ ਲਿਆ, ਫਿਰ ਅੱਗੋਂ ਇਹੋ ਉੱਤਰ ਸੀ
ਮੰਨ ਲਓ ਤੁਸੀਂ ਸਾਨੂੰ ਦੁਬਾਰਾ ਫਿਰ ਪਕੜ ਲੈਂਦੇ ਹੋ, ਅਸੀਂ ਦੁਬਾਰਾ ਫਿਰ ਉਸੇ ਤਰ੍ਹਾਂ ਜਾ ਕਰਕੇ ਫਿਰ ਫੌਜ ਇਕੱਠੀ ਕਰਾਂਗੇ। ਉਦੋਂ ਤੱਕ ਅਸੀਂ ਇਸ ਰਾਜ ਦੇ ਨਾਲ ਲੜਦੇ ਰਹਾਂਗੇ ਜਦੋਂ ਤੱਕ ਅਸੀਂ ਜ਼ੁਲਮੀ ਰਾਜ ਦੀਆਂ ਅਸੀਂ ਜੜ੍ਹਾਂ ਨਾ ਪੱਟ ਲਈਏ। ਸਾਧ ਸੰਗਤ ਜੀ, ਬਸ ਇੰਨਾ ਸੁਣਨ ਦੀ ਦੇਰ ਸੀ। ਉਹਨੇ ਕਿਹਾ, ਵੇਖੋ ਇਹਨਾਂ ਦਾ ਜਿਹੜਾ ਕਸੂਰ ਹੈ ਆਪਣੇ ਤੁਹਾਡੇ ਸਾਹਮਣੇ, ਵਜ਼ੀਰ ਸੁੱਚਾਨੰਦ ਨੇ ਇੰਨੇ ਸ਼ਬਦ ਕਹੇ, ਨਵਾਬ ਤੁਹਾਡੇ ਸਾਹਮਣੇ ਹੀ ਇਹ ਬੱਚੇ ਕਹਿ ਰਹੇ ਹਨ, ਅਸੀਂ ਉਦੋਂ ਤੱਕ ਲੜਾਂਗੇ ਜਦੋਂ ਤੱਕ ਜ਼ੁਲਮੀ ਸਾਮਰਾਜ ਦੀਆਂ ਅਸੀਂ ਜੜ੍ਹਾਂ ਨਾ ਪੁੱਟ ਲਈਏ। ਇਹਨਾਂ 'ਤੇ ਇਹੋ ਦੋਸ਼ ਹੈ ਸਾਹਿਬਜ਼ਾਦਿਆਂ ਦੇ ਉੱਪਰ, ਜਿਹੜਾ ਕਾਜ਼ੀ ਨੇ ਉਸ ਥਾਂ 'ਤੇ ਜਿਹੜਾ ਫਤਵਾ ਜਾਰੀ ਕੀਤਾ ਜ਼ਿਬਾ ਕਰਨ ਦਾ, ਜਿਉਂਦਿਆਂ ਦੀ ਜ਼ਿਬਾ ਕਰਨ ਦਾ, ਦੀਵਾਰਾਂ ਦੇ ਅੰਦਰ ਚਿਰਨ ਦਾ। ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਜੀ ਦੀਵਾਰਾਂ ਦੇ ਅੰਦਰ, ਸਾਧ ਸੰਗਤ ਉਹ ਇਸੇ ਸਥਾਨ 'ਤੇ ਚਿਣਿਆ ਗਿਆ, ਪਰ ਇਸ ਘਿਨਾਉਣੇ ਕਾਰਜ ਦੇ ਵਾਸਤੇ ਕੋਈ ਤਿਆਰ ਨਾ ਹੋਇਆ। ਕਿਹੜਾ ਐਸਾ ਸੀ ਜਿਹਦੇ ਪਾਪੀ ਹਿਰਦਾ ਕਿ ਜਿਹੜਾ 7 ਸਾਲ ਅਤੇ 9 ਵਰਿਆਂ ਦੇ ਜਿਉਂਦਿਆਂ ਜੀ ਨੀਹਾਂ ਦੇ ਅੰਦਰ ਭਾਈ ਕੋਈ ਚਿਣ ਸਕਦਾ? ਕੋਈ ਵੀ ਜਿਹੜਾ ਤਿਆਰ ਨਾ ਹੋਇਆ। ਕਹਿੰਦੇ ਹਨ ਸਮਾਣੇ ਦੇ 2 ਜਲਾਦ ਸਨ, ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ। ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਦਾ ਇਸ ਕਚਹਿਰੀ ਦੇ ਅੰਦਰ ਪੁਰਾਣਾ ਕੋਈ ਉਹਨਾਂ ਦਾ ਕੋਈ ਕੇਸ ਆਦਿ ਚੱਲਦਾ ਸੀ, ਉਹ ਵੀ ਇਸ ਥਾਂ 'ਤੇ ਆਏ ਸਮਾਣੇ ਤੋਂ। ਉਹਨਾਂ ਨੂੰ ਇੰਨੀ ਗੱਲ ਕਹੀ ਕਿ ਜੇ ਤੁਸੀਂ ਜਲਾਦਪੁਣਾ ਕਰਦਿਆਂ ਇਹਨਾਂ ਸਾਹਿਬਜ਼ਾਦਿਆਂ ਨੂੰ ਤੁਸੀਂ ਸ਼ਹੀਦ ਆਦਿ ਕਰਦੇ ਹੋ, ਜ਼ਿਬਾ ਕਰਦੇ ਹੋ, ਅਤੇ ਅਸੀਂ ਤੁਹਾਡੇ ਚੱਲਦੇ ਹੋਏ ਕੇਸ ਜਾਂ ਤੁਹਾਡੀਆਂ ਸਜ਼ਾਵਾਂ ਅਸੀਂ ਮਾਫ਼ ਕਰ ਦੇਵਾਂਗੇ। ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਇਸ ਘਿਨਾਉਣੇ ਕਾਰਜ ਦੇ ਵਾਸਤੇ ਤਿਆਰ ਹੋਏ। ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਜੀ ਉਹਨਾਂ ਨੂੰ ਨੀਹਾਂ ਦੇ ਅੰਦਰ ਚਿਣਾਈ ਦੇਣ ਦਾ ਉਹਨਾਂ ਦਾ ਫਤਵਾ ਜਾਰੀ ਹੋ ਗਿਆ। ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਸਾਹਿਬ। ਅਖੀਰ ਵਾਲੇ ਦਿਨ ਮਾਤਾ ਗੁਜਰ ਕੌਰ ਜੀਆਂ ਨੂੰ ਮਿਲ ਕਰਕੇ ਇਸ ਥਾਂ 'ਤੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਹੇਠਾਂ ਪਾਵਨ ਪਵਿੱਤਰ ਅਸਥਾਨ ਬਣੇ ਹੋਏ ਹਨ, ਜਿਨ੍ਹਾਂ ਅਸਥਾਨਾਂ 'ਤੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਜੀ ਨੀਹਾਂ ਦੇ ਅੰਦਰ ਚਿਣਨ ਦਾ ਹੁਕਮ ਦਿੱਤਾ ਗਿਆ। ਪੁੱਤ ਤਸਮੇਸ਼ ਪਿਤਾ ਦੇ, ਲਾੜੀ ਮੌਤ ਨੂੰ ਵਿਆਉਣ ਦੇਖੋ ਚੱਲੇ ਨੇ। ਪੁੱਤ ਤਸਮੇਸ਼ ਪਿਤਾ ਦੇ, ਲਾੜੀ ਮੌਤ ਨੂੰ ਵਿਆਉਣ ਦੇਖੋ ਚੱਲੇ ਨੇ। ਮਾਤਾ ਆ ਕੇ ਪਾਣੀ ਵਾਰ ਲੈ, ਜੰਜ ਲੈ ਕੇ ਸ਼ਹੀਦਾਂ ਦੀ ਚੱਲੇ ਨੇ, ਜੰਜ ਲੈ ਕੇ ਸ਼ਹੀਦਾਂ। ਕਹਿੰਦੇ ਉਸ ਵਕਤ ਦੀਵਾਰ ਡਿੱਗ ਗਈ, ਦੀਵਾਰ ਡਿੱਗੀ ਔਰ ਸ਼ਾਸ਼ਲ ਬੇਗ ਬਾਸ਼ਲ ਬੇਗ ਨੇ ਸਾਹਿਬਜ਼ਾਦਿਆਂ ਦੇ ਹਿੱਕਾਂ ਦੇ ਉੱਪਰ ਗੋਡੇ ਰੱਖ ਕੇ ਉਹਨਾਂ ਦੀ ਸਾਹ ਰੱਗ ਨੂੰ ਤਿੱਖੀ ਕਰਦ ਆਦਿ ਦੇ ਨਾਲ, ਕਟਾਰੀ ਦੇ ਨਾਲ ਉਹਨਾਂ ਦੀ ਸਾਹ ਰੱਗ ਨੂੰ ਵੱਢ ਕਰਕੇ ਉਹ ਸਾਹਿਬਜ਼ਾਦੇ ਸਥਾਨ 'ਤੇ ਸ਼ਹੀਦ ਹੋਏ। ਗੁਜਰ ਕੌਰ ਦੇ ਛਾਤੀ ਤਾਣ ਕੇ ਨਿਹਾਂ ਵਿੱਚ ਖੜ ਗਏ। ਉੱਤੇ ਮਾਤਾ ਗੁਜਰ ਕੌਰ ਦੇ ਛਾਤੀ ਤਾਣ ਕੇ ਨਿਹਾਂ ਵਿੱਚ ਖੜ ਗਏ। ਸੂਬੇ ਨੂੰ ਵੰਗਾਰ ਕੇ ਕਹਿੰਦੇ, ਅਸੀਂ ਮੌਤ ਤੋਂ ਜ਼ਰਾ ਨਹੀਂ ਉਹ ਡਰਦੇ, ਅਸੀਂ ਮੌਤ ਤੋਂ ਜ਼ਰਾ ਨਹੀਂ ਡਰਦੇ, ਦਾਦਾ ਸਾਡੇ ਤੇਗ ਬਹਾਦੁਰ,
ਦਾਦਾ ਸਾਡੇ ਤੇਗ ਬਹਾਦਰ ਸਾਨੂੰ ਸੱਚਖੰਡ ਵਿੱਚ ਨੇ ਬੁਲਾਉਂਦੇ ਨਿੱਕੇ ਨਿੱਕੇ ਦੋ ਖਾਲਸੇ ਨਿੱਕੇ ਨਿੱਕੇ ਦੋ ਖਾਲਸੇ ਧਰਮ ਦੀ ਸ਼ਾਨ ਬਦਲੇ ਵੀਰ ਜੀਤ ਤੇ ਜੁਝਾਰ ਦੇ ਲੜਦੇ ਪਾਪੀਆਂ ਦੀ ਈਨ ਨਾ ਮੰਨੀ ਬਾਪੂ ਦਾ ਸਿਰ ਉੱਚਾ ਉਹ ਕਰਦੇ ਬਾਪੂ ਦਾ ਸਿਰ ਉੱਚਾ ਉਹ ਕਰਦੇ ਨੀਹਾਂ ਵਿੱਚ ਲੁਕ ਗਏ ਨੇ ਨੀਹਾਂ ਵਿੱਚ ਲੁਕ ਗਏ ਨੇ ਮਾਤਾ ਗੁਜਰੀ ਦੇ ਪੋਤੇ ਉਹ ਨਗੀਨ ਨਿੱਕੇ ਨਿੱਕੇ ਦੋ ਖਾਲਸੇ ਨਿੱਕੇ ਨਿੱਕੇ ਦੋ ਖਾਲਸੇ ਨਿੱਕੇ ਨਿੱਕੇ ਦੋ ਖਾਲਸੇ। ਔਰ ਉਸ ਤੋਂ ਇਹ ਘਟਨਾ ਸੰਨ 1704 ਦੀ ਹੈ। 6 ਸਾਲ ਦਾ ਸਮਾਂ ਲੱਗਾ। ਇਹ ਨਾਲ ਹੀ ਇੱਕ ਪਾਵਨ ਪਵਿੱਤਰ ਸਥਾਨ ਹੋਰ ਹੈ। ਆਪ ਜੀ ਕੋਈ ਵੀ ਸੰਗਤਾਂ ਦਰ ਇੱਥੇ ਸਥਾਨਾਂ 'ਤੇ ਮੱਥਾ ਟੇਕਣ ਵਾਸਤੇ ਆਉਂਦੇ, ਗੁਰਦੁਆਰਾ ਸ਼ਹੀਦ ਗੰਜ ਸਾਹਿਬ। 6000 ਦੇ ਕਰੀਬ ਇੱਕ ਦਿਨ ਦੇ ਅੰਦਰ ਗੁਰੂ ਕੇ ਸਿੰਘਾਂ ਦਾ ਸੰਸਕਾਰ ਇਸ ਥਾਂ 'ਤੇ ਹੋਇਆ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਅਕਾਲ ਕਿਸੇ ਸ਼ਹਿਨ ਸ਼ਾਹ ਕੀ ਸ਼ਹਿਨ ਸੇ। ਜੋਗੀ ਜੀਆਂ ਨੇ ਜਦੋਂ ਅਖੀਰ ਦੀ ਸਮਾਪਤੀ ਕੀਤੀ, ਜੋਗੀ ਜੀ ਇਸਕੇ ਬਾਅਦ ਹੋਈ ਥੋੜ੍ਹੀ ਦੇਰ ਥੀ ਬਸਤੀ ਸਰਹੰਦ ਕੀ ਈਂਟੋ ਕਾ ਢੇਰ ਥੀ, ਕਿ ਵਸਦੀ ਹੋਈ ਜਿਹੜੀ ਫਿਰ ਸਰਹੰਦ ਬਾਬਾ ਬੰਦਾ ਸਿੰਘ ਬਹਾਦਰ ਨੇ 6 ਵਰ੍ਹਿਆਂ ਤੋਂ ਬਾਅਦ ਆਣ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੋਂ ਲੈ ਕਰਕੇ ਥਾਪੜਾ, ਜਿਹੜੇ ਜਿਹੜੇ ਫਿਰ ਇਸ ਜ਼ੁਲਮੀ ਸਾਮਰਾਜ ਦੇ ਅੰਦਰ ਰਲੇ ਹੋਏ ਸਨ, ਬਾਬਾ ਬੰਦਾ ਸਿੰਘ ਬਹਾਦਰ ਨੇ ਤੈਸ਼ ਨੈਸ਼ ਕੀਤਾ, ਇੱਟ ਨਾਲ ਇੱਟ ਖੜਕਾਈ ਔਰ 6000 ਦੇ ਕਰੀਬ ਕਰੀਬ ਸਿੰਘਾਂ ਦੇ ਸੰਸਕਾਰ ਇਸ ਥਾਂ 'ਤੇ ਹੋਏ ਹਨ, ਗੁਰਦੁਆਰਾ ਸ਼ਹੀਦ ਗੰਜ ਸਾਹਿਬ। ਉਹ ਵੀ ਆਪ ਜੀਆਂ ਨੇ ਜ਼ਰੂਰ ਦਰਸ਼ਨ ਕਰਨੇ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨ ਪ੍ਰੇਮ ਦੇ ਅੰਦਰ ਭੌਰੇ। ਉਹਨਾਂ ਨੇ ਕਿਹਾ ਸੀ ਮੇਰਾ ਆਪਣਾ ਸਾਰਾ ਕੁਝ ਭਾਵੇਂ ਕੁਰਬਾਨ ਹੋ ਜਾਵੇ, ਪਰ ਜਿਹੜੇ ਜਿਹੜੇ ਇਸ ਘਿਨਾਉਣੇ ਕਾਰਜ ਦੇ ਅੰਦਰ ਸ਼ਾਮਿਲ ਹਨ ਉਹਨਾਂ ਨੂੰ ਮੈਂ ਸਜ਼ਾਵਾਂ ਜ਼ਰੂਰ ਦੇਣੀਆਂ ਹਨ। ਇਹ ਪਾਵਨ ਪਵਿੱਤਰ ਅਸਥਾਨਾਂ ਦਾ ਇਤਿਹਾਸ, ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ ਇਸ ਥਾਂ 'ਤੇ ਆ ਕੇ ਫਿਰ ਇੱਟ ਖੜਕਾਈ ਔਰ ਉਸ ਤੋਂ ਬਾਅਦ ਵੀ ਗੁਰੂ ਕੇ ਸਿੱਖਾਂ ਨੇ ਚਿੱਤ ਵਿੱਚ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਕਿਹਾ ਹੈ ਕਿ ਇਸ ਥਾਂ 'ਤੇ ਸੁਹਾਗਾ ਫੇਰਿਆ ਜਾਏਗਾ। ਉਹ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਹੁਕਮਾਂ ਨਾਲ ਉਸ ਤੋਂ ਲਗਭਗ ਸਾਧ ਸੰਗਤ ਜੀ ਉਹ ਸਿੱਖ ਮਿਸਲਾਂ ਦੇ ਰਾਜ ਵੇਲੇ, ਜਿਵੇਂ ਆਪਾਂ ਸਰਵਣ ਕਰਨੇ ਹਾਂ ਇਤਿਹਾਸ ਦੇ ਅੰਦਰੋਂ, ਖੋਤਿਆਂ ਦੇ ਮਗਰ ਭਾਵ ਹਲ ਪਾ ਕਰਕੇ ਇਹ ਸਰਹੰਦ ਨੂੰ ਫਿਰ ਵਾਹਿਆ ਗਿਆ, ਕਹਿਣ ਤੋਂ ਮੁਰਾਦ ਨੇਸ਼ ਤੋਂ ਨਾਬੂਦ ਕੀਤਾ ਗਿਆ ਇਸ ਨਗਰੀ ਨੂੰ। ਔਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਫਿਰ ਥੇ ਕੀਤਾ ਇਸ ਨਗਰੀ ਨੂੰ, ਆਣ ਕਰਕੇ ਨਮਸਕਾਰ ਕਰਕੇ ਦੀਵਾਰ ਦੇ ਕੋਲ ਬੈਠ ਕਰਕੇ ਘੰਟਿਆਂ ਬੱਧੀ ਉਹਨਾਂ ਨੇ ਸੀਸ ਮਹਾਰਾਜ ਜੀਆਂ ਕੇ ਲਾਲਾਂ ਦੇ ਚਰਨਾਂ ਵਿੱਚ ਚੁਕਾਇਆ। ਇਹ ਪਾਵਨ ਪਵਿੱਤਰ ਅਸਥਾਨ ਦਾ ਇਤਿਹਾਸ, ਗੁਰਦੁਆਰਾ ਜੋਤੀ ਸਰੂਪ ਸਾਹਿਬ ਦੀਵਾਨ ਟੋਡਰ ਮੱਲ ਜੀਆਂ ਦੇ, ਉਹ ਵੀ ਪਾਵਨ ਪਵਿੱਤਰ ਸਥਾਨਾਂ ਦੇ ਇਤਿਹਾਸ, ਜ਼ਰੂਰ ਆਪ ਜੀਆਂ ਨੇ ਸਰਵਣ ਕਰਨੇ। ਦਾਸ ਪਾਸੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਕੇ ਲਾਲਾਂ ਦਾ ਜ਼ਿਕਰ ਕਰਦਿਆਂ ਕੁਛ
ਵਾਧ ਘਾਟ ਭੁੱਲ ਚੁੱਕ ਹੋਈ ਹੋਵੇ। ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਵਾਰ ਦਿੱਤਾ ਪਰਵਾਰ, ਗੁਰੂ ਗੋਬਿੰਦ ਸਿੰਘ ਸਰਕਾਰ। ਸਭ ਵਾਰ ਦਿੱਤਾ ਪਰਵਾਰ, ਗੁਰੂ ਗੋਬਿੰਦ ਸਿੰਘ ਸਰਕਾਰ।